ਦਿੱਲੀ ਦੇ ਨਵੇਂ ਮੁੱਖ ਮੰਤਰੀ ਆਤਿਸ਼ੀ ਮਾਰਲੇ ਨਾ। ਕੌਣ ਹੈ ਆਤਿਸ਼ੀ? ਕਿਵੇਂ ਹੋਈ ਆਮ ਆਦਮੀ ਪਾਰਟੀ ਦੇ ਵਿੱਚ ਐਂਟਰੀ? ਨਵੇਂ ਸੀਐਮ ਦੀ ਸੂਚੀ ਦੇ ਵਿੱਚ ਸੁਨੀਤਾ ਕੇਜਰੀਵਾਲ ਦਾ ਨਾਮ ਵੀ ਸੀ ਸ਼ਾਮਿਲ, ਪਰ ਸੀਐਮ ਪਦ ਦੇ ਲਈ ਆਤਿਸ਼ੀ ਹੀ ਕਿਉਂ ਹੈ ਕਾਬਿਜ਼? ਇਸ ਰਿਪੋਰਟ ਦੇ ਵਿੱਚ ਤੁਹਾਨੂੰ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ। ਦਿੱਲੀ ਦੇ ਨਵੇਂ ਮੁੱਖ ਮੰਤਰੀ ਆਤਿਸ਼ੀ ਮਾਰਲੇਨਾ ਬਣ ਚੁੱਕੇ ਨੇ। ਵਿਧਾਇਕ ਦਲ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ, ਜਿਸ ਦੌਰਾਨ ਅਰਵਿੰਦ ਕੇਜਰੀਵਾਲ ਦੇ ਵੱਲੋਂ ਆਤਿਸ਼ੀ ਦੇ ਨਾਂ ਦਾ ਮਤਾ ਪੇਸ਼ ਕੀਤਾ ਗਿਆ ਸੀ ਤੇ ਹੁਣ ਆਤਿਸ਼ੀ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ। ਦੱਸ ਦਈਏ ਕਿ ਇਸ ਵੇਲੇ ਆਤਿਸ਼ੀ ਕਾਲਕਾ ਜੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਨੇ। ਆਤਿਸ਼ੀ ਦਾ ਜਨਮ 8 ਜੂਨ 1981 ਨੂੰ ਦਿੱਲੀ ਵਿਖੇ ਹੋਇਆ। ਆਕਸਫੋਰਡ ਯੂਨੀਵਰਸਿਟੀ ਤੋਂ ਉਨ੍ਹਾਂ ਨੇ ਇਤਿਹਾਸ ਦੇ ਵਿੱਚ ਮਾਸਟਰਸ ਕੀਤੀ, ਜਿਸ ਤੋਂ ਬਾਅਦ ਸਾਲ 2013 ਦੇ ਵਿੱਚ ਆਤਿਸ਼ੀ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੇ ਮੈਨੀਫੈਸਟੋ ਡਰਾਫਟਿੰਗ ਕਮੇਟੀ ਦੇ ਮੈਂਬਰ ਵੀ ਬਣੀ। ਸਾਲ 2015 ਤੋਂ ਸਾਲ 2018 ਤੱਕ ਉਹ ਸਾਬਕਾ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਸਲਾਹਕਾਰ ਵੀ ਰਹਿ ਚੁੱਕੇ ਨੇ। ਦੱਸ ਦਈਏ ਕਿ ਸਾਲ 2020 ਦੇ ਵਿੱਚ ਉਨ੍ਹਾਂ ਨੇ ਕਾਲਕਾ ਜੀ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਤੇ ਜਿੱਤ ਹਾਸਲ ਕਰਕੇ ਵਿਧਾਇਕ ਬਣੇ, ਜਿਸ ਤੋਂ ਬਾਅਦ ਆਤਿਸ਼ੀ ਆਪ ਗੋਆ ਯੂਨਿਟ ਦੇ ਇੰਚਾਰਜ ਵੀ ਬਣੇ ਨੇ। ਦੱਸ ਦਈਏ ਕਿ ਸਾਲ 2020 ਦੇ ਵਿੱਚ ਮਨੀਸ਼ ਸਿਸੋਦੀਆ ਦੇ ਗ੍ਰਿਫਤਾਰ ਹੋ ਜਾਣ ਤੋਂ ਬਾਅਦ ਆਤਿਸ਼ੀ ਕੈਬਨਿਟ ਮੰਤਰੀ ਬਣੇ ਤੇ ਇਸ ਵੇਲੇ ਆਤਿਸ਼ੀ ਮਾਰਲੇਨਾ 6 ਵਿਭਾਗਾਂ ਦੀ ਜ਼ਿੰਮੇਵਾਰੀ ਨਿਭਾ ਰਹੇ ਨੇ, ਜਿਨ੍ਹਾਂ ਦੇ ਵਿੱਚ ਬਾਲ ਵਿਕਾਸ, ਸਿੱਖਿਆ, ਟੂਰਿਜ਼ਮ, ਬਿਜਲੀ, ਕਲਾ ਸੰਸਕ੍ਰਿਤੀ ਤੇ PWD ਵਿਭਾਗ ਸ਼ਾਮਿਲ ਹੈ। ਤਾਂ ਉੱਥੇ ਇਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਦਿੱਲੀ ਦੇ ਸੀਐਮ ਚਿਹਰੇ ਦੇ ਲਈ ਆਤਿਸ਼ੀ ਮਾਰਲੇਨਾ ਦਾ ਨਾਂ ਹੀ ਕਿਉਂ ਚੁਣਿਆ ਗਿਆ। ਤਾਂ ਤੁਹਾਨੂੰ ਦੱਸ ਦਈਏ ਕਿ ਕੇਜਰੀਵਾਲ ਅਤੇ ਸਿਸੋਦੀਆ ਦੀ ਸਭ ਤੋਂ ਕਰੀਬੀ ਮਹਿਲਾ ਨੇਤਾ ਆਤਿਸ਼ੀ ਹੀ ਨੇ। ਪਹਿਲਾਂ ਮਨੀਸ਼ ਸਿਸੋਦੀਆ ਤੇ ਫਿਰ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਤੋਂ ਬਾਅਦ ਆਤਿਸ਼ੀ ਨੇ ਪਾਰਟੀ ਦਾ ਮਜ਼ਬੂਤ ਸਟੈਂਡ ਬਣਾ ਕੇ ਰੱਖਿਆ। ਤਾਂ ਉੱਥੇ ਹੀ ਮਨੀਸ਼ ਸਿਸੋਦੀਆ ਦੇ ਜੇਲ੍ਹ ਜਾਣ ਤੋਂ ਬਾਅਦ ਸਿੱਖਿਆ ਸਮੇਤ 6 ਵਿਭਾਗ ਆਤਿਸ਼ੀ ਨੂੰ ਹੀ ਸੰਭਾਏ ਗਏ। ਦੱਸ ਦਈਏ ਕਿ ਸਾਲ 2013 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਪਾਰਟੀ ਦਾ ਚੋਣ ਮਨੋਰਥ ਪੱਤਰ ਤਿਆਰ ਕਰਨ ਵਾਲੀ ਕਮੇਟੀ ਦੇ ਵਿੱਚ ਆਤਿਸ਼ੀ ਮਾਰਲੇਨਾ ਵੀ ਸ਼ਾਮਿਲ ਸੀ। ਤਾਂ ਉੱਥੇ ਹੀ ਸਵਾਤੀ ਮਾਲੀਵਾਲ ਮਾਮਲੇ ਤੋਂ ਬਾਅਦ ਪਾਰਟੀ ਦੀ ਛਵੀ ਕਾਫੀ ਪ੍ਰਭਾਵਿਤ ਹੋਈ ਸੀ ਤੇ ਹੁਣ ਆਮ ਆਦਮੀ ਪਾਰਟੀ ਆਤਿਸ਼ੀ ਮਾਰਲੇਨਾ ਨੂੰ ਮੁੱਖ ਮੰਤਰੀ ਬਣਾ ਕੇ ਡੈਮੇਜ ਨੂੰ ਕੰਟਰੋਲ ਕਰ ਸਕੇਗੀ। ਦਿੱਲੀ ਦੇ ਨਵੇਂ ਮੁੱਖ ਮੰਤਰੀ ਆਤਿਸ਼ੀ ਮਾਰਲੇਨਾ। ਕੌਣ ਹੈ ਆਤਿਸ਼ੀ? ਕਿਵੇਂ ਹੋਈ ਆਮ ਆਦਮੀ ਪਾਰਟੀ ਦੇ ਵਿੱਚ ਐਂਟਰੀ? ਨਵੇਂ ਸੀਐਮ ਦੀ ਸੂਚੀ ਦੇ ਵਿੱਚ ਸੁਨੀਤਾ ਕੇਜਰੀਵਾਲ ਦਾ ਨਾਮ ਵੀ ਸੀ ਸ਼ਾਮਿਲ, ਪਰ ਸੀਐਮ ਪਦ ਦੇ ਲਈ ਆਤਿਸ਼ੀ ਹੀ ਕਿਉਂ ਹੈ ਕਾਬਿਜ਼? ਇਸ ਰਿਪੋਰਟ ਦੇ ਵਿੱਚ ਤੁਹਾਨੂੰ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ। ਦਿੱਲੀ ਦੇ ਨਵੇਂ ਮੁੱਖ ਮੰਤਰੀ ਆਤਿਸ਼ੀ ਮਾਰਲੇਨਾ ਬਣ ਚੁੱਕੇ ਨੇ। ਵਿਧਾਇਕ ਦਲ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ, ਜਿਸ ਦੌਰਾਨ ਅਰਵਿੰਦ ਕੇਜਰੀਵਾਲ ਦੇ ਵੱਲੋਂ ਆਤਿਸ਼ੀ ਦੇ ਨਾਂ ਦਾ ਮਤਾ ਪੇਸ਼ ਕੀਤਾ ਗਿਆ ਸੀ ਤੇ ਹੁਣ ਆਤਿਸ਼ੀ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ। ਦੱਸ ਦਈਏ ਕਿ ਇਸ ਵੇਲੇ ਆਤਿਸ਼ੀ ਕਾਲਕਾ ਜੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਨੇ। ਆਤਿਸ਼ੀ ਦਾ ਜਨਮ 8 ਜੂਨ 1981 ਨੂੰ ਦਿੱਲੀ ਵਿਖੇ ਹੋਇਆ। ਆਕਸਫੋਰਡ ਯੂਨੀਵਰਸਿਟੀ ਤੋਂ ਉਨ੍ਹਾਂ ਨੇ ਇਤਿਹਾਸ ਦੇ ਵਿੱਚ ਮਾਸਟਰਸ ਕੀਤੀ, ਜਿਸ ਤੋਂ ਬਾਅਦ ਸਾਲ 2013 ਦੇ ਵਿੱਚ ਆਤਿਸ਼ੀ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੇ ਮੈਨੀਫੈਸਟੋ ਡਰਾਫਟਿੰਗ ਕਮੇਟੀ ਦੇ ਮੈਂਬਰ ਵੀ ਬਣੀ। ਸਾਲ 2015 ਤੋਂ ਸਾਲ 2018 ਤੱਕ ਉਹ ਸਾਬਕਾ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਸਲਾਹਕਾਰ ਵੀ ਰਹਿ ਚੁੱਕੇ ਨੇ। ਦੱਸ ਦਈਏ ਕਿ ਸਾਲ 2020 ਦੇ ਵਿੱਚ ਉਨ੍ਹਾਂ ਨੇ ਕਾਲਕਾ ਜੀ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਤੇ ਜਿੱਤ ਹਾਸਲ ਕਰਕੇ ਵਿਧਾਇਕ ਬਣੇ, ਜਿਸ ਤੋਂ ਬਾਅਦ ਆਤਿਸ਼ੀ ਆਪ ਗੋਆ ਯੂਨਿਟ ਦੇ ਇੰਚਾਰਜ ਵੀ ਬਣੇ ਨੇ। ਦੱਸ ਦਈਏ ਕਿ ਸਾਲ 2020 ਦੇ ਵਿੱਚ ਮਨੀਸ਼ ਸਿਸੋਦੀਆ ਦੇ ਗ੍ਰਿਫਤਾਰ ਹੋ ਜਾਣ ਤੋਂ ਬਾਅਦ ਆਤਿਸ਼ੀ ਕੈਬਨਿਟ ਮੰਤਰੀ ਬਣੇ ਤੇ ਇਸ ਵੇਲੇ ਆਤਿਸ਼ੀ ਮਾਰਲੇਨਾ 6 ਵਿਭਾਗਾਂ ਦੀ ਜ਼ਿੰਮੇਵਾਰੀ ਨਿਭਾ ਰਹੇ ਨੇ, ਜਿਨ੍ਹਾਂ ਦੇ ਵਿੱਚ ਬਾਲ ਵਿਕਾਸ, ਸਿੱਖਿਆ, ਟੂਰਿਜ਼ਮ, ਬਿਜਲੀ, ਕਲਾ ਸੰਸਕ੍ਰਿਤੀ ਤੇ PWD ਵਿਭਾਗ ਸ਼ਾਮਿਲ ਹੈ। ਤਾਂ ਉੱਥੇ ਇਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਦਿੱਲੀ ਦੇ ਸੀਐਮ ਚਿਹਰੇ ਦੇ ਲਈ ਆਤਿਸ਼ੀ ਮਾਰਲੇਨਾ ਦਾ ਨਾਂ ਹੀ ਕਿਉਂ ਚੁਣਿਆ ਗਿਆ। ਤਾਂ ਤੁਹਾਨੂੰ ਦੱਸ ਦਈਏ ਕਿ ਕੇਜਰੀਵਾਲ ਅਤੇ ਸਿਸੋਦੀਆ ਦੀ ਸਭ ਤੋਂ ਕਰੀਬੀ ਮਹਿਲਾ ਨੇਤਾ
ਆਤਿਸ਼ੀ ਹੀ ਨੇ। ਪਹਿਲਾਂ ਮਨੀਸ਼ ਸਿਸੋਦੀਆ ਤੇ ਫਿਰ ਅਰਵਿੰਦ ਕੇਜਰੀਵਾਲ ਦੇ ਜੇਲ ਜਾਣ ਤੋਂ ਬਾਅਦ ਆਤਿਸ਼ੀ ਨੇ ਪਾਰਟੀ ਦਾ ਮਜ਼ਬੂਤ ਸਟੈਂਡ ਬਣਾ ਕੇ ਰੱਖਿਆ, ਤਾਂ ਉੱਥੇ ਹੀ ਮਨੀਸ਼ ਸਿਸੋਦੀਆ ਦੇ ਜੇਲ ਜਾਣ ਤੋਂ ਬਾਅਦ ਸਿੱਖਿਆ ਸਮੇਤ 6 ਵਿਭਾਗ ਆਤਿਸ਼ੀ ਨੂੰ ਹੀ ਸੰਭਾਏ ਗਏ। ਦੱਸ ਦਈਏ ਕਿ ਸਾਲ 2013 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਪਾਰਟੀ ਦਾ ਚੋਣ ਮਨੋਰਥ ਪੱਤਰ ਤਿਆਰ ਕਰਨ ਵਾਲੀ ਕਮੇਟੀ ਦੇ ਵਿੱਚ ਆਤਿਸ਼ੀ ਮਾਰਲੇਨਾ ਵੀ ਸ਼ਾਮਿਲ ਸੀ, ਤਾਂ ਉੱਥੇ ਹੀ ਸਵਾਤੀ ਮਾਲੀਵਾਲ ਮਾਮਲੇ ਤੋਂ ਬਾਅਦ ਪਾਰਟੀ ਦੀ ਛਵੀ ਕਾਫੀ ਪ੍ਰਭਾਵਿਤ ਹੋਈ ਸੀ ਤੇ ਹੁਣ ਆਮ ਆਦਮੀ ਪਾਰਟੀ ਆਤਿਸ਼ੀ ਮਾਰਲੇਨਾ ਨੂੰ ਮੁੱਖ ਮੰਤਰੀ ਬਣਾ ਕੇ ਡੈਮੇਜ ਨੂੰ ਕੰਟਰੋਲ ਕਰ ਸਕੇਗੀ।